ਲਾਜੋ ਜੀ ਕਿਹੜਾ ਮੈਥ ਦਾ ਸਵਾਲ ਹੈ ਹੂੰ ਤੇ ਤੀਲੀਆਂ ਦੀ ਸਵਾਲ ਹੈ ਤੁਸੀਂ ਆਪਦੇ ਘਰੇ ਰੱਖ ਕੇ ਦੇਖ ਲਿਓ ਕਿ ਬਾਹਲਾ ਉਲਝਣ ਵਾਲਾ ਨਹੀਂ ਮੈਥ ਵਾਲੇ ਬੰਦੇ ਆਪਣੇ ਕੋਲੇ ਖੜੇ ਨੇ ਹੂੰ ਤਾਂ ਤੁਸੀਂ ਇਹ ਚੈੱਕ ਕਰ ਲਓ ਇਹ ਹੈਗਾ ਜੀ 1 2 3 1 + 2 + 3 = 139 ਤੇ ਤੁਸੀਂ ਇਹਦਾ 139 ਬਣਾਉਣਾ ਹੈ ਸੀਖ ਚੱਕਣੀ ਹੈ ਸਿਰਫ ਇੱਕ ਸੀਖ ਇੱਕ ਚੱਕਣੀ ਹੈ ਹਾਂ ਕਿਹੜੀ ਚੱਕਣੀ ਹੈ ਉਹ ਤੁਸੀਂ ਦੇਖੋ ਹੁਣ ਅੱਛਾ ਸਿਰਫ ਇੱਕ ਸੀਖ ਹੀ ਚੱਕਣੀ ਹੈ ਨਹੀਂ ਯਾਰ ਤਿੰਨਾਂ ਚੋਂ ਇੱਕ ਚੱਕਣੀ ਹੈ ਸਾਰੀਆਂ ਚੋਂ ਸੀਖ ਇੱਕ ਚੱਕਣੀ ਹੈ ਇੱਕ ਸੀਖ ਚੱਕ ਲਓ ਤਾਂ ਇਹਦਾ 139 ਬਣ ਜਾਊਗਾ ਇਹਦਾ 139 ਬਣ ਜਾਊਗਾ 123 ਹੈ ਮੰਨ ਕੇ ਚਲੋ 1 2 3 ਠੀਕ ਹੈ 123 ਹੈ ਠੀਕ ਹੈ 139 ਇਹ ਆਟੋਮੈਟਿਕ ਇੱਥੇ 139 ਬਣ ਜਾਊਗਾ ਇੱਕ ਸੌ ਸੀਖ ਚੱਕਣੀ ਹੈ ਮੇਰਾ ਕਹਿਣ ਦਾ ਭਾਵ ਹੈ ਵੀ 1 ਘੱਟ ਜਾਂ 9 ਦਾ ਬਣਾਉਣਾ ਹੈ ਕਿ ਜੋੜਨ ਦਾ 1 ਘੱਟ ਜਾਂ 9 ਅੱਛਾ 9 ਬਣਾਉਣਾ ਹੈ ਹਾਂ ਠੀਕ ਹੈ ਨਾ ਕਿ ਜੋੜ ਬਣਾਉਣਾ ਵੀ ਮੰਗਦੇ ਆ ਬਣਾਉਣਾ ਵੀ ਇਹ ਤਿੰਨਾਂ ਜੋੜ ਕੇ 139 ਬਣ ਜਿਹੜੀ ਇਹ ਰਕਮ ਹੈ ਨਾ ਇੰਨੀ ਇਹ 139 ਬਣ ਜੂਗੀ ਜੋ ਤੁਸੀਂ ਮੈਨੂੰ ਇੱਕ ਸੀਖ ਜਾ ਕੇ ਰੱਖਣੀ ਹੈ ਕਹਿਣ ਤੋਂ ਭਾਵ ਮੈਂ ਤੈਨੂੰ ਗੱਲ ਕਹਿ ਰਿਹਾ ਹਾਂ ਵੀ 139 ਜੋੜ ਬਣਾਉਣਾ ਹੈ 139 ਰਕਮ ਬਣਾਉਣੀ ਹੈ ਜੀ ਜਿਵੇਂ ਹੈਗੀ ਕਿੱਥੇ ਬਣ ਗਈ ਜੀ 109 ਆ ਜਾ ਦੇਖੋ 29 ਹੋ ਗਿਆ 29 ਹੈ ਜੀ 129 ਹੈ यार असि लग रहे हैं भाई हुण आए कि विचों कढ के दे दिए तुहानू कुछ लाओ लाओ ते सानू एक सब तो वड्डी गल दस दी इहदा पिछली नाल दा कोई मतलब ही नहीं ਇਹਦੇ ਨਾਲ ਤਾਂ ਕੋਈ ਮਤਲਬ ਨਹੀਂ ਇਹ ਇੰਨੀ ਚੋਂ ਹੀ ਨਿਕਲੂਗਾ ਸਾਰਾ ਠੀਕ ਹੈ ਇੰਨੀ ਚੋਂ ਹੀ ਨਿਕਲੂਗਾ ਇਹ ਸਵਾਲ ਫਿਰ ਆ ਤਾਂ ਵਿੱਚੋਂ ਇਹਨੇ ਚੱਕ ਲਿਆ ਜੀ ਉਹਦੇ ਨਾਲ ਤਾਂ ਮਤਲਬ ਹੀ ਨਹੀਂ ਇਹਦੇ ਨਾਲ ਤਾਂ ਕੋਈ ਮਤਲਬ ਨਹੀਂ ਹੈ ਤੁਸੀਂ ਮਾਰ ਲਓ ਕੋਈ ਚੱਕਰ ਨਹੀਂ ਪਰ ਇਹ ਸਵਾਲ ਇੰਨੇ ਚੋਂ ਹੀ ਨਿਕਲ ਜੂਗਾ ਇੰਨੇ ਚੋਂ ਹੀ ਕਿਹਾ ਬਾਈ ਨੇ ਇਹ ਇੰਨੀ ਰਕਮ ਜੋ 139 ਬਣ ਜੂਗਾ ਇੱਕ ਸੀਖ ਸੈੱਟ ਕਰਨੀ ਹੈ ਤੁਸੀਂ ਆ ਜਾਓ ਇੱਕ ਸੀਖ ਸੈੱਟ ਕਰ ਦੇ ਮੈਂ ਤਾਲਾ ਜਾ ਬਾਈ ਆ ਜਾ ਬਾਈ ਤੂੰ ਵੀ ਦਿਮਾਗ ਆ ਜਾਓ ਯਾਰ ਹਾਂ ਨਾ ਇਹ ਪਲੱਸ ਤੋਂ ਨੇ ਰਹੀਆਂ ਦੇਖੋ ਜੀ ਮੈਨੂੰ ਨਹੀਂ ਪਤਾ ਕੀ ਕਰੋ ਜੀ ਪਿੰਡ ਦੇ ਵਿੱਚ ਜਿੰਨਾ ਟਾਈਮ ਅਜ ਤੁਸੀਂ ਪੜੇ ਹੋ ਮੈਥ ਤੁਹਾਡਾ ਬਹੁਤ ਜ਼ਿਆਦਾ ਹਾਈ ਹੈਗਾ ਇਹ ਗੱਲ ਤੁਹਾਨੂੰ ਪਤਾ ਕੱਟ ਆਵਾਂ ਨਾ ਕਰ ਸਕਦੇ ਹੋ ਇਹ ਚ ਤੁਸੀਂ ਪੂਰਾ ਪਿੰਡ ਕੋਈ ਚੈਲੰਜ ਨਹੀਂ ਕਰ ਸਕਦਾ ਇਹਨੂੰ ਇਹਦਾ ਸਭ ਤੋਂ ਜ਼ਿਆਦਾ ਮੈਥ ਸੀਗਾ ਤੇ ਲਾਜ਼ਮ ਆ ਇਹਨੂੰ 139 ਬਣਾਉਣਾ ਇਹਨਾਂ ਚ ਇੱਕ ਸੀਖ ਹੈ ਜੀ ਚੱਕ ਕੇ ਇਹ ਜੀ ਜਗ੍ਹਾ ਤੇ ਰੱਖਣੀ ਹੈ ਆਪ ਹੀ ਬਣ ਜਾਊਗਾ 139 ਮਾਰ ਲਓ ਤੁਸੀਂ ਮੱਥਾ ਆਇਆ ਬਣ ਗਿਆ ਇੱਕ ਸੀਖ ਐ ਨਹੀਂ ਤੂੰ ਤਾਂ ਬਾਰੀ ਛੇੜਦੀ ਐ ਨਾ ਕਰੋ ਜੀ ਐ ਸਿਰਫ ਇੱਕ ਸੀਖ ਇੱਕ ਚੱਕਣੀ ਐ ਇੱਕ ਸੀਖ ਚੱਕਣੀ ਐ ਸਿਰਫ ਇੱਕ ਚੱਕਣੀ ਐ ਨਾ ਐਡਾ ਧੱਕਾ ਨਹੀਂ ਕਰਨਾ ਦੇਖ ਧੱਕਾ ਨਾ ਕਰੋ ਵੀਰ ਜੀ ਇੱਕੇ ਸਿੰਘ ਚੱਕਣੀ ਹੈ ਇਹ ਤੇ ਇਹੀ ਜੀ ਜਗ੍ਹਾ ਤੇ ਰੱਖਣੀ ਹੈ ਇਹ ਆਪ ਹੀ ਬਣ ਜੂਗਾ ਹੈਗਾ ਕੋਈ ਲਾ ਲਓ ਮੁੰਡੇ ਲੱਗ ਰਹੇ ਨੇ ਦਿਮਾਗ ਲਾਉਣ ਇਹਦਾ 129 ਬਣਦਾ ਜੀ ਇੱਕੇ ਸਿੰਘ ਚੱਕਣੀ ਹੈ ਸ਼ਰਮਾ ਜੀ ਸਾਰੀਆਂ ਨਹੀਂ ਹਲੇ ਆਉਣੀਆਂ ਤੁਸੀਂ ਲਓ ਜੀ ਤੁਸੀਂ ਐ ਕਰੋ ਫਿਰ ਦੱਸ ਹੀ ਦਿਓ ਮੈਂ ਤਾਂ ਲਾ ਲਿਆ ਤਾਂ ਇੱਕ ਮਿੰਟ ਦੀ ਕਾਲ ਲੱਗ ਕਾਲ ਲੱਗ ਲੈ ਲਾਓ ਜੀ ਦਿਮਾਗ ਤੁਸੀਂ ਉਹ ਤਾਂ ਬੜੇ ਕਾਨੂੰਨ ਕੱਢ ਦੇ ਦੀ ਸੀ 1 ਮਿੰਟ ਚ ਕੱਢ ਦਾਂਗੇ ਸਵਾਲ ਲਾਓ ਜੀ ਦਿਮਾਗ ਆਉਂਦਾ ਮੈਂ ਤੁਹਾਨੂੰ ਇੰਨਾ ਵੀ ਦੱਸਤਾ ਯਾਰ ਇੰਨਾ ਇਹਨਾਂ ਦੀ ਇਹ ਸੈਟਿੰਗ ਇਹਨਾਂ ਚੋਂ ਇੱਕ ਹੀ ਜੀ ਸਿੰਘ ਚੱਕ ਕੇ ਹੀ ਜੀ ਜਗ੍ਹਾ ਤੇ ਰੱਖੀ ਜਾਊਗੀ ਅੱਛਾ ਤੇ ਅੱਖਰ ਸੇਮ ਰਹਿਣਗੇ ਨਹੀਂ ਹੈਗਾ ਵੀ ਤੀਆ ਕੁਝ ਹੋਰ ਬਣ ਜਾਊਗਾ ਠੀਕ ਹੈ ਪਿਛਲੀਆਂ ਨਾਲ ਤਾਂ ਇਹਦਾ ਕੋਈ ਮਤਲਬ ਹੀ ਨਹੀਂ ਇੰਨੀ ਚੋਂ ਹੀ ਆਊਗਾ ਅੱਛਾ ਹਾਂ ਉਹਨਾਂ ਚੋਂ ਤਾਂ ਇਹਦਾ ਕੋਈ ਮਤਲਬ ਹੀ ਨਹੀਂ ਹੈਗਾ 139 ਜੋ ਇਹਨਾਂ ਚੋਂ ਤਾਂ ਕੋਈ ਮਤਲਬ ਇਹਨਾਂ ਚੋਂ ਤਾਂ ਇਹ ਤਾਂ ਛੱਡ ਦੋ ਤੁਸੀਂ ਪਿਛਲੀ ਤਾਂ ਭੁੱਲ ਜਾਓ ਠੀਕ ਹੈ ਇਹਨਾਂ ਚੋਂ ਦੇਖ ਲਓ ਇਹ ਜੀ ਇੱਕ ਸਿੰਘ ਚੱਕੀ ਦੇ ਦਿਓ ਜੀ ਜਵਾਬ ਦੇਖ ਲਓ ਬਈ ਜੇ ਕੋਈ ਮਾਰ ਸਕਦਾ ਮੱਥਾ ਤਾਂ ਮਾਰ ਲਓ ਸਾਹਿਬ ਜੋ ਬਾਹਰ ਹੈ ਜੀ ਸਰ ਕਿਉਂ ਜੀ ਦੇ ਦਿਓ ਜੀ ਜਵਾਬ ਬਾਹਰ ਹੈ ਸਾਹਿਬ ਚੱਕ ਲਈਏ ਫਿਰ ਚੱਕ ਲਓ ਜੀ ਆ ਚੱਕੀ ਜਾਊਗੀ ਜੀ ਠੀਕ ਹੈ ਇਹ ਕੀ ਬਣੇ ਫੜੇ ਇਹ 142 ਹੈ ਮੈਂ ਸਹੀ ਤੋਂ 3 ਕਰਕੇ ਦੇਖ ਲਓ ਕਿੰਨੇ ਰਹੇ ਹਾਂ ਇਹਨੂੰ ਸੈੱਟ ਕਰਕੇ ਧਰ ਦੋ ਹਾਂ ਚੌਕਾ ਬਣ ਗਿਆ ਇਹ ਆ ਬਣ ਗਿਆ ਚੌਕਾ ਇਹ ਬਣ ਗਿਆ 142 ਨਾ ਨਾ ਚੌਕਾ ਤਾਂ ਉਹਦੇ ਵੀ ਦੋ ਤਿੰਨ ਡੰਡੇ ਲਾ ਫਿਰ ਸਿੱਖਾਂ ਦਾ ਕਈ ਰੱਖੀਆਂ ਜਾਣਗੀਆਂ ਚੌਕੇ ਦੇ ਵਿੱਚ ਨਹੀਂ ਕਈ ਨਹੀਂ ਚੱਕੀਆਂ ਜਾਂਦੀਆਂ ਜੀ ਚੌਕਾ ਬਣ ਗਿਆ ਅੱਛਾ ਇੱਕ ਸੀਖ ਸੈੱਟ ਕਰਨੀ ਹੈ ਆਪਾਂ ਹੋਰ ਹੀ ਕਿਤੇ ਤੁਰੇ ਫਿਰਦੇ ਸ਼ੇਅਰ ਕਰਦੀ ਹਾਂ ਸਾਰੇ ਠੀਕ ਹੈ ਨਾ।